ਮਿੱਤਰੋ ਤੁਹਾ ਦਾ ਸਵਾਗਤ ਹੈ ਆਪਣੇ YouTube ਚੈਨਲ HK Auray ਤੇ ਤੇ ਅੱਜ ਤੁਹਾ ਦੇ ਲਈ 7ਵੀਂ ਜਮਾਤ ਦਾ ਜੋ ਮੈਥਮੈਟਿਕਸ ਦਾ ਪੇਪਰ ਹੁਣ ਬੜਾ 29 ਫਰਵਰੀ ਨੂੰ ਉਹ ਲੈ ਕੇ ਆ ਚੁੱਕੇ ਹਾਂ ਬਿਊਟੀਫੁੱਲ ਸੋਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜਿਸ ਨਾਲ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦੇ ਰਹੇ ਤੇ ਚਲੋ ਆਪਾਂ ਤੁਹਾਨੂੰ ਦੱਸ ਦਈਏ ਇਹ ਪੇਪਰ 80 ਅੰਕ ਦਾ ਹੋ ਤੇ ਸਮਾਂ 3 ਘੰਟੇ ਦਾ ਤੇ ਜੇਕਰ ਤੁਸੀਂ ਪੇਪਰ ਦੀ PDF ਪ੍ਰਾਪਤ ਕਰਨਾ ਚਾਹੁੰਦੇ ਹੋ ਵੀ ਵਿੱਦਿਅ ਫੁੱਲ ਸੋਲਵ ਤਾਂ ਆਪਣੇ ਦੇ Telegram ਚੈਨਲ ਪਰ ਨਹਾ ਹੋਇਆ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਦ ਮਰ ਜਿੱਤੇ ਕਲਿੱਕ ਕਰਕੇ ਜੁਆਇਨ ਹੋ ਕੇ ਪੇਪਰ ਦੀ PDF ਪ੍ਰਾਪਤ ਕਰ ਸਕਦੇ ਹੋ ਤੇ ਚਲੋ ਆਪਾਂ ਪੇਪਰ ਵੱਲ ਵਧਦੇ ਹਾਂ ਪਾਰਟ A ਆ ਗਿਆ ਦਿੱਤੇ ਹੋਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਹਰੇਕ ਪ੍ਰਸ਼ਨ 1 ਅੰਕ ਦਾ ਹੈ ਪਹਿਲਾ -10 -12 ਇਹ ਕਿਹਦੇ ਬਰਾਬਰ ਹੈ? ਇਹਦਾ ਜਵਾਬ ਹੈ C Y ਅਗਰ ਦੂਸਰਾ ਦਿੱਤੀ ਹੋਈ ਤ੍ਰਿਪੂਜ ਵਿੱਚ ਰੰਗਿਆ ਖੇਤਰ ਤ੍ਰਿਪੂਜਾ ਦਾ ਕਿੰਨਾ ਭਾਗ ਦਰਸਾਉਂਦਾ ਹੈ? ਇਹਦਾ ਜਵਾਬ ਹੈ C 1/4 ਅਗਰ ਤੀਸਰਾ ਦਿੱਤੇ ਦਿੱਤੇ ਚਿੱਤਰ ਵਿੱਚ ਜੇਕਰ L M ਹੈ ਤਾਂ ਤਾਂ X ਦਾ ਮੁੱਲ ਪਤਾ ਕਰੋ X ਦਾ ਮੁੱਲ ਕੀ ਹੈ? ਐਕਸਰੇਮੁੱਲਾ ਆਜੂਆ ਸੀ 110 ਅੱਗੇ ਚੌਥਾ ਇੱਕ ਤ੍ਰਿਪੁੱਤ ਦੇ ਦੋ ਡੈਸ਼ ਹੋ ਸਕਦੇ ਹਨ ਕੀ ਹੋ ਸਕਦੇ ਨੇ ਨਿਊਨ ਕੋਨ ਅੱਗੇ ਪੰਜਵਾਂ ਦੋ ਬਤਾ ਮੰਜ 5 5 2 ਬਰਾਬਰ ਆ ਕਿਹਦੇ ਬਰਾਬਰ ਆ ਇਹ ਹੈਗਾ ਇਹ ਏ ਆਪਸ਼ਨ ਦੇ ਇੱਕ ਦੇ ਬਰਾਬਰ ਆ ਅੱਗੇ ਛੇਮਾ 8 x y ਵਿੱਚ x ਦਾ ਗੁਣਾਕ x ਦਾ ਗੁਣਾਕ ਕੀ ਆ ਇਟਾ ਅੰਸ ਲੈਗਾ 6 ਮੇਰਾ ਮਾਈਨਸ 1 ਅੱਗੇ 7ਵਾਂ ਹੇਠ ਲਿਖੇ ਵਿੱਚ ਕਿਹੜਾ ਕੋਣ ਕਿਸੇ ਘੁਮਨ ਦਾ ਕਿਸੇ ਚਿੱਤਰ ਦਾ ਘੁਮਨ ਕੋਣ ਨਹੀਂ ਹੋ ਸਕਦਾ ਇਹਦਾ ਸਜੂ 17 ਇਹਦਾ ਪਤਾ ਕੰਦਾ ਫਾਰਮੂਲਾ ਇਹ ਹੁੰਦਾ ਕਿਉਂਕਿ ਜੀ ਸੰਖਿਆ ਆਪ ਨੂੰ ਦਿੱਤੀ ਗਈ ਹੈ ਆਪਾਂ ਦੇਖ ਲਾਂਗੇ ਉਹਦੇ ਪਹਾੜੇ ਤੇ 900 ਮਤਲਬ 300 7 ਆਉਂਦਾ ਕਿ ਨਹੀਂ ਹੁੰਦਾ ਜੇਕਰ ਆਉਂਦਾ ਤਾਂ ਹੋਵੇਗਾ ਜੇਕਰ ਨਹੀਂ ਆਉਂਦਾ ਤਾਂ ਨਹੀਂ ਹੋਵੇਗਾ ਅਗਰਥਮਾ 12 ਸੈਂਟੀਮੀਟਰ ਗੁਣਾ 10 ਮਿਲੀਮੀਟਰ ਮਾਪਦ ਦੇ ਆਇਤ ਦਾ ਖੇਤਰਫਲ ਕੀ ਹੈ ਇਹਦਾ ਖੇਤਰਫਲ ਆਊਗਾ 8ਵੇਂ ਦਾ ਦੀ ਬੀ 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 ਆਪਸ਼ਨ ਆਊਗੀ 120 ਸੈਂਟੀਮੀਟਰ ਦੇ ਦੋ ਗਨੋਮਾ ਪੰਜ ਪਤਾ ਅੱਠ ਜੀਰੋ ਬਰਾਬਰ ਹੈ ਗਨੋਮਾ ਕਿਹਦੇ ਬਰਾਬਰ ਹੈ ਇਹਦਾ ਅਸਰ ਜੋ ਬੀ ਇੱਕ ਦੇ ਅੱਗੇ ਪੰਜ ਦੇ ਦੋ ਦੇ ਤਿੰਨ ਬਰਾਬਰ ਹੈ ਕਿਹਦੇ ਬਰਾਬਰ ਆ ਪੰਜ ਦੀ ਛੇ ਤੇ ਮਤਲਬ ਏ ਆਪਸ਼ਨ ਕਿਉਂਕਿ ਦੋ ਗੁਣਾ ਤਿੰਨ ਛੇ ਹੁੰਦਾ ਇਸ ਕਰਕੇ ਪੰਜ ਦੀ ਛੇ ਆ ਜੂਗੀ ਅੱਗੇ ਆ ਗਿਆ ਗਿਆਰਵਾਂ ਕਿਸੇ ਸੰਭਵ ਅਸੰਭਵ ਘਟਨਾ ਸੰਭਾਵਨਾ ਸੰਭਾਵਨਾ ਹੈ ਕਿਸੇ ਅਸੰਭਵ ਘਟਨਾ ਸੰਭਾਵਨਾ ਹੁੰਦੀ ਹੈ ਦੀ ਜੀਰੋ ਅਗੇ 12ਵਾਂ ਜੇਕਰ x 4 39 ਤਾਂ x ਕੀ ਹੈ x ਆਊਗਾ ਮਤਲਬ 12ਵੇਂ ਦਾ 5 ਸੀ ਆਪਸ਼ਨ ਆਊਗੀ ਅਗੇ 13ਵਾਂ a a a b b b ਬਰਾਬਰ ਹੈ ਤੇ ਇਹ ਮਤਲਬ ਬਣੂਗਾ ਇਹਦਾ ਆਨਸਰ ਆਜੂ 13ਵੇਂ ਦਾ ਸੀ ਬਰੈਕਟ a b ਦੀ 3 ਅਗੇ 14ਵਾਂ 0.025 ਨੂੰ ਪ੍ਰਤੀਸ਼ਤ ਵਿੱਚ ਬਦਲੋ ਇਹਦਾ ਪ੍ਰਤੀਸ਼ਤ ਆਜੂਗਾ d 20% ਮਤਲਬ 2.5% ਅੱਗੇ 15ਵਾਂ ਮਾਈਨਸ 5 ਦੀ 2 ਗੁਣਾ ਮਾਈਨਸ 21 ਕਿ ਬਰਾਬਰ ਹੈ ਕਿਹਦੇ ਬਰਾਬਰ ਆ 8 ਅੰਸਰ ਆਜੂਆ ਮਤਲਬ 15ਵੇਂ ਦਾਸ ਮਾਈਨਸ 25 ਅੱਗੇ ਗਿਆ ਆਹਾ ਸੋਰਮਾ ਇੱਕ ਬਿਲ ਦੇ ਕਿੰਨੇ ਫਲਕ ਹੁੰਦੇ ਹਨ ਕਿੰਨੇ ਹੁੰਦੇ ਨੇ ਤਿੰਨ ਹੁੰਦੇ ਨੇ ਅੱਗੇ ਖਾਲੀ ਥਾਂ ਭਰੋ ਹਰ ਇੱਕ ਪ੍ਰਸ਼ਨ ਇੱਕ ਅੰਕ ਦਾ ਹੈ ਮਾਈਨਸ 7 ਭਾਗ ਮਾਈਨਸ 7 ਬਰਾਬਰ 1 ਦੇ ਤਿੰਨੇ ਬਤਾ 5 ਦੀ ਤੁਲਪਿੰਡ ਡੈਸ਼ ਹੈ ਕਿ ਏਰੀਆ ਹੈਗੀ ਹੈ 6/10 ਅੱਗੇ ਜੇਕਰ ਦੋ ਕੋਣ ਸਪੂਰਨ ਹਨ ਤਾਂ ਉਹਨਾਂ ਦਾ ਜੋੜ ਡੈਸ਼ ਹੁੰਦਾ ਹੈ ਉਹਨਾਂ ਦਾ ਕੋਣ ਜੋੜ ਆਊਗਾ 90 ਡਿਗਰੀ ਅੱਗੇ ਚੌਥਾ ਕੋਣ ABC ਵਿੱਚ ਜੇਕਰ A 40 ਅਤੇ B 45 ਹੈ ਤਾਂ C ਦਾ ਮੁੱਲ C ਦਾ ਮੁੱਲ ਕਿ ਆਊਗਾ ਉਤਰਵ ਜੋ ਤੀਸਰਾ ਇਰਾਸ ਰਜੂਆ ਚੌਥਾ ਚੌਥੀ ਰੰਸ ਰਜੂ 85 ਡਿਗਰੀ ਅੱਗੇ ਆ ਗਿਆ ਤੁਮ ਬਟਾ 5 ਬਟਾ 3 ਬਟਾ 4 ਤੇਰੇ ਬਟਾ 4 ਬਰਾਬਰ ਕੁਸ਼ਣ ਮਾਰਕਾ ਬਟਾ 12 ਤਾਂ ਕੁਸ਼ਣ ਮਾਰਕਾ ਚ ਕੀ ਸੰਖਿਆ ਹੋਊਗੀ ਇਹਨਾਂ ਸਾਜੂ 5 ਵੇ ਦਾ 9 ਅਗੇ ਸ਼ੇਮਾ ਇੱਕ ਪਦ ਬਾਰੇ ਬਿੰਜਕ ਨੂੰ ਦੱਸ ਕਹਿੰਦੇ ਹਨ ਇੱਕ ਪਦੀ ਅਗੀ 7ਵਾਂ 14 ਸਮ ਅਧ ਵਿਆਸ ਬਾਰੇ ਚੱਕਰ ਦਾ ਕੀਰਾ ਦੱਸ ਹੈ 88 ਸੈਂਟੀਮੀਟਰ ਅਗੇ ਸਹੀ ਗਲਤ ਆਗੇ ਪਹਿਲੇ ਕਿ 200 ਪੂਰਨ ਸੰਖਿਆ ਦਾ ਜੋੜ ਫਰ ਇੱਕ ਪੂਰਨ ਸੰਖਿਆ ਹੈ ਬਿਲਕੁਲ ਸਹੀ ਆ ਮਾਈਨਸ ਨਾ 1.25 ਗੁਣਾ 10 ਬਰਾਬਰ 12 ਪੁੱਤ 5 ਆ ਇਹ ਬਿਲਕੁਲ ਹੀ ਸਹੀ ਆ ਅਗਲੀ ਤੀਸਰਾ 45 ਡਿਗਰੀ ਅਤੇ 115 ਡਿਗਰੀ ਸੰਪੂਰਨ ਕੋਣਾਂ ਦਾ ਜੋੜਾ ਹੈ ਆਪਾਂ ਇਹਨੂੰ ਜੋੜ ਕਰਕੇ ਦੇਖ ਲਾਂਗੇ ਇਹਦਾ ਜੋੜਾ 137 ਕਰਕੇ ਨਹੀਂ ਹੈਗਾ ਇਸ ਕਰਕੇ ਗਲਤ ਆ ਗਿਆ ਕਿਉਂਕਿ 14ਵਾਂ ਮਤਲਬ ਚੌਥਾ ਇੱਕ ਤ੍ਰਿਪੁਸ ਇੱਕ ਤ੍ਰਿਪੁਸ ਸੰਭਵ ਨਹੀਂ ਹੈ ਜਿਹਦੇ ਪੁਜਾਵਾਂ ਦੀ ਲੰਬਾਈ 6 4 10 ਹੈ ਇਹ ਬਿਲਕੁਲ ਹੀ ਗਲਤ ਆ ਅੱਗੇ ਅੱਗੇ ਪੰਜਵਾਂ 0 ਬਰਾਬਰ ਮਤਲਬ ਚਿੰਨ ਮੈਨੂੰ ਨਹੀਂ ਪਤਾ ਇਹਨੂੰ ਕੀ ਕਹਿੰਦੇ ਨੇ -4/9 ਇਹ ਹੈਗਾ 15ਵਾਂ ਗਲਤਾ ਅਗੇ 6ਮਾ 7123 12 22 ਸਮਾਨ ਪਦ ਹਨ ਇਹ ਬਿਲਕੁਲ ਹੀ ਗਲਤਾ ਅਗੇ ਪੀ ਅੱਖਰ ਦੀ ਕੋਈ ਸਮਿੱਤ ਰੇਖਾ ਨਹੀਂ ਹੈ ਇਹ ਬਿਲਕੁਲ ਹੀ ਸਹੀਆ ਅਗੇ 파ਰ ਪਿਆ ਗਿਆ ਇਹ ਤੁਹਾਨੂੰ ਆਪਾ ਪੀਡੀਐਫ ਖੋਲ ਕੇ ਕਰਵਾ ਦੇਣਾ ਇੱਕ ਪਾ ਤੁਸੀਂ ਕੁਐਸਚਨ ਚੈੱਕ ਆਊਟ ਕਰ ਲਓ ਕਿਰ ਕਿਰ ਕੁਐਸਚਨ ਤੁਹਾਡੇ ਆਉਣਗੇ ਤੇ ਚਲੋ ਮਿੱਤਰੋ ਆਪਾਂ ਦੂਸਰੀ ਪੀਡੀਐਫ ਖੋਲ ਲੈਨੇ ਜਿਸ ਵਿੱਚ ਸਾਰੇ ਕੁਸ਼ਨ ਹੱਲ ਹੋ ਜਾਣਗੇ ਓਕੇ ਦੋਸਤੋ ਪਰ ਆਪਾਂ ਦੂਸਰੀ ਪੀਡੀਐਫ ਖੋਲ ਲੇ ਜਿਸ ਵਿੱਚ ਆਪਾਂ ਦੋ ਅੰਕ ਵਾਲੇ ਚਾਰ ਅੰਕ ਅਤੇ ਛੇ ਅੰਕ ਸਾਰੇ ਕੁਸ਼ਨ ਸੋਲਵ ਕਰਵਾ ਦੇਵਾਂਗੇ ਜਿਵੇਂ ਕੁਸ਼ਨ ਨੰਬਰ 44 ਹੱਲ ਕਰੋ -3 7 7 ਆਪਾਂ ਇਹਨੂੰ ਬਰੈਕਟ ਪਹਿਲਾਂ ਹਟਾ ਦੇਵਾਂਗੇ ਫਿਰ ਆਪਾਂ ਲਿਖਾਂਗੇ -3 7 -8 ਅੱਗੇ ਆਪਾਂ ਲਿਖਾਂਗੇ -4 -8 -12 ਆਨਸਰ ਆ ਜਾਊਗਾ ਅੱਗੇ ਆ ਗਿਆ ਪੰਜਵਾਂ ਜੇਕਰ 6 ਖਿਡੌਣਿਆਂ ਦੀ ਕੀਮਤ ₹30 ਹੈ ਤਾਂ 21 ਖਿਡੌਣਿਆਂ ਦੀ ਕੀਮਤ ਪਤਾ ਕਰੋ ਜੇਕਰ 6 ਖਿਡੌਣਿਆਂ ਦੀ ਕੀਮਤ ₹30 ਹੈ ਤਾਂ ਹੁਣ ਇੱਕ ਸਾਨ ਤਰੀਕਾ ਕਰ ਸਕਦੇ ਹਾਂ 1 ਖਿਡੌਣੇ ਦੀ ਕੀਮਤ 1/5 ₹ ਆ ਜੂਗੀ 5 ਨੂੰ 21 ਨਾਲ ਗੁਣਾ ਕਰ ਦਿਓ ਤਾਂ 105 ਆਨਸਰ ਆ ਜੂਗਾ ਤੁਸੀਂ ਐ ਕਰਨਾ ਚਾਹੁੰਦੇ ਆਂ ਐਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਮਤਲਬ ਪੂਰੇ ਵਧੀਆ ਲਿਖਣਾ ਚਾਹੁੰਦੇ ਹੋ ਜਿਸ ਨਾਲ ਤੁਹਾਨੂੰ ਵਧੀਆ ਅੰਕ ਆਉਣ ਤੁਸੀਂ ਲਿਖੋ ਪਹਿਲਾਂ 6 ਖਿਡੌਣਿਆਂ ਦੀ ਕੀਮਤ ਲਿਖੋ ₹30 21 ਖਿਡੌਣਿਆਂ ਦੀ ਕੀਮਤ 30 ਉਹਨੂੰ ਤੀਨੇ ਕੱਟ ਦੋ 66 62 63 64 635 ਮਤਲਬ 6 ਕੱਟਿਆ ਜਾਏਗਾ ਉਹ 5 21 ਹੋ ਜਾਊਗਾ 5 21 105 ਉਹੀ ਤਰੀਕੇ ਨਾਲ ਆਨਸਰ ਆ ਜਾਏਗਾ ਅਗੇ ਸ਼ੇਮਾ ਹੱਲ ਕਰੋ -10 ਦੀ -4 ਦੀ 3 5 ਦੀ 2 ਜੇ ਤੁਸੀਂ ਇਹਨੂੰ ਖੋਲ ਦੋਗੇ -4 ਨੂੰ ਤੁਸੀਂ 3 ਵਾਰ ਲਿਖ ਦੋਗੇ ਤੇ ਅੱਗੇ 5 ਨੂੰ ਤੁਸੀਂ 2 ਵਾਰ ਲਿਖ ਦੋਗੇ ਅਗੇ ਇਹਨਾਂ ਸਾਰੇ ਨੂੰ ਮਤਲਬ ਮਾਈਨਸ ਸਾਈਨ ਨੂੰ ਗੁਣਾ ਕਰ ਦੋਗੇ 14 ਜ ਆਜੂਗਾ ਅਗੇ ਜੇ ਬਚ 4 4 16 16 4 64 ਆ ਲਿਖ ਸਕਦੇ ਅਗੇ 5 5 25 ਫਿਰ ਆਪਾਂ 4 5 25 ਨੂੰ ਗੁਣਾ ਕਰ ਦਾਂਗੇ ਹੁੰਦਾ ਇਸਕਾ ਕਿਕਸ ਉਸ ਮਤਲਬ ਇੱਕ ਮਾਈਨਸ 3 100 190 ਅਜੂਗਟ ਅਨਸਰ ਹੈ ਅਗੇ 7ਵਾਂ ਕਨ ਬਰਾਉਨ ਲਈ ਦਿੱਤਾ জাল ਅਧੂਰਾ ਹੈ ਇਸ ਨੂੰ ਪੂਰਾ ਕਰੋ ਆਪਾਂ ਜਾਲ ਦਿੱਤਾ ਕਿ ਜਿਵੇਂ 1 2 3 ਮਤਲਬ ਲਖਾਈ ਵਧੀਆ ਨਹੀਂ ਹੈਗੀ ਇਹ ਤੁਸੀਂ ਵਧੀਆ ਬਣਾ ਕੇ ਆਜੋ ਪੇਪਰ 'ਚ ਇਹ ਮਤਲਬ ਇੱਕ ਜਾਲ ਦਿੱਤਾ ਹੋਇਆ ਹੈ ਇਹ ਹੱਲ ਜਿਹਨੇ ਇਹਦੇ ਚਾਰ ਤਨ ਦਿੱਤ ਹੋਏ ਨੇ ਇਹਨਾਂ ਵਿੱਚੋਂ ਕੋਈ ਵੀ ਸਾਬ ਕੇ ਆ ਜਾਓਗੇ ਤਾਂ ਤੁਹਾਨੂੰ ਆਸਾਨੀ ਦੇ ਨਾਲ ਹੀ ਦੋ ਅੰਕ ਮਿਲ ਜਾਣਗੇ ਅਗੇ ਪੈਕਸਸ ਇਡੀਆ ਕੀ ਚਾਰ ਅੰਕਾਂ ਲਈ ਕੁਐਸਚਨ ਹੈ ਰਾਹੁਲ ਹਰ ਮਹੀਨੇ ਵਿੱਚ 44000 ਰੁਪਏ ਕਮਾਉਂਦਾ ਹੈ ਉਹ ਹਰ ਮਹੀਨੇ ਆਪਣੀ ਆਮਦਨ ਦਾ 23.45 ਖਰਚ ਕਰਦਾ ਹੈ ਅਤੇ ਬਾਕੀ ਆਮਦਨ ਦੀ ਬਚਤ ਕਰਦਾ ਹੈ ਉਹ ਮਹੀਨੇ ਵਿੱਚ ਬਚਤ ਕਰ ਪਤਾ ਕਰੋ ਉਹਦੀ ਬਚਤ ਪਤਾ ਕਰਨੀ ਹੈ ਉਹਦੀ ਕੁੱਲ ਆਮਦਨ ਹੈਗੀ ਆਪਣੇ ਕੋਲ 44000 ਤਾਂ ਆਪਾਂ ਉਹਦਾ ਖਰਚ ਪਤਾ ਕਰਨਾ ਮਹੀਨੇ ਦਾ ਤੇਨੇ ਬਤਾ ਆਪਾਂ 4 ਗੁਣਾ 44000 ਕਰ ਦਵਾਂਗੇ ਤਾਂ ਮਤਲਬ ਜੋ 4 ਨੂੰ ਆਪਾਂ 44000 ਨਾਲ ਕਰ ਦਵਾਂਗੇ ਤਾਂ ਆਪਾਂ ਨੂੰ 11000 ਪ੍ਰਾਪਤ ਹੋ ਜਾਊਗਾ ਅਗੇ 11000 ਨੂੰ ਆਪਾਂ ਗੁਣਾ ਕਰ ਦਾਂਗੇ ਅਗੇ ਤੇ ਨਾ ਫਿਰ ਆਪਾਂ 33000 ਆ ਜਾਊਗਾ ਜੋ ਉਹਦਾ ਖਰਚੂ ਆ ਫਿਰ ਆਪਾਂ ਬਚਤ ਪਤਾ ਕਰਨੀ ਆ ਕੁੱਲੂ ਦੀ ਆਮਦਨ ਸੀ 44000 ਤੇ ਉਹਦਾ ਖਰਚ ਸੀ 33000 ਤਾਂ ਜਿਹੜਾ ਆਪਾਂ ਆਮਦਨ ਚੋਂ ਖਰਚ ਘਟਾ ਦਵਾਂਗੇ ਤਾਂ ਉਹਦੀ ਬਚਤ ਆ ਜਾਊਗੀ 11000 ਜੋ ਆਪੇ ਕੋਲ ਬਚਤ ਆਉਂਦੀ ਆ ਅਗੇ ਦਿੱਤੇ ਚਿੱਤਰ ਵਿੱਚ x ਅਤੇ y ਦਾ ਮੁੱਲ ਪਤਾ ਕਰੋ ਆ ਚਿੱਤਰ ਦਿੱਤਾ ਗਿਆ ਹੈ ਜੇਪਾ x ਤੇ y ਦਾ ਮੁੱਲ ਪਤਾ ਕਰਨਾ x ਦਾ ਮੁੱਲ ਆਜੂਗਾ 100 ਤੇ y ਦਾ ਮੁੱਲ ਆਜੂ 80 ਕਿਉਂਕਿ ਸਿੱਖ ਸੰਮੁਖ ਕੋਣ ਨੇ ਅਗਿਆ ਗਿਆ 10ਵਾਂ ਤਿਰਪੂ ਦੇ ਕੋਣਾਂ ਦਾ ਅਨੁਪਾਤ 3 4 5 ਹੈ ਤਿਰਪੂ ਦੇ ਹਰੇਕ ਕੋਣ ਦਾ ਮਾਪ ਪਤਾ ਕਰੋ ਮਨ ਲਓ a ਹੈਗੇ x b ਹੈਗੇ 4x ਤੇ c ਹੈਗੇ 5x a b c 180 ਹੈ ਕਿਉਂਕਿ ਤ੍ਰਿਪੁਤ ਦੇ ਤਿੰਨੇ ਅੰਦਰਲੇ ਕੋਣਾਂ ਦਾ ਜੋੜ 180 ਹੁੰਦਾ ਫਿਰ ਆਪਾਂ 3x 4x 5x 180 ਲਿਖਾਂਗੇ ਤਾਂ ਇਹਨਾਂ ਤਿੰਨਾਂ ਨੂੰ ਜੋੜ ਕੇ 12x ਆ ਜਾਊਗਾ ਬਾਏ ਐਕਸ ਬਰਾਬਰ 180 ਲਿਖ ਦਾਂਗੇ ਫਿਰ ਆਪਾਂ ਐਕਸ ਨੂੰ ਐਕਸ ਇੱਧਰ ਲੱ ਕਰਾ ਦਨਗੇ ਜੋ 12 ਹੋਊ ਇੱਧਰ ਗੁਣਾ ਨਾਲ ਐਕਸ ਉਧਰ ਆਪਾਂ ਭਾਗ ਚ ਕਰ ਦਵਾਂਗੇ ਫਿਰ ਆਪਾਂ ਲਿਖਾਂਗੇ 180 ਬਤਾ 12 ਤਾਂ ਕੱਟ ਕੇ ਆਪਰੇ ਕੋ 15 ਆ ਜੂ ਮਤਲਬ 1 ਐਕਸ ਦੇ ਮੁੱਲ ਹੋ ਗਿਆ 15 ਤਾਂ ਮਤਲਬ ਆਹ ਐਟ ਨੇਕਸ ਇਹ ਹੈਗੀ ਤੇ ਨੇਕਸ ਤਾਂ ਤਿੰਨ ਦਾ ਤਿੰਨ ਗੁਣਾ ਆਪਾਂ 15 ਕਰ ਦਾਂਗੇ ਜਿਸ ਦਾ ਆਨਸਰ 45 ਅਗੇ ਦੂਸਰਾ ਕੌਣ ਸੀ 4 ਐ ਕੌਣ ਸੀ 4 ਐ ਆਪਾਂ ਲਿਖਾਂਗੇ 4 15 60 ਅਗੇ ਸੀਕੁਐਂਸ ਹੀ 5x 5 15 75x ਇਸ ਪੱਕਾ ਤੁਸੀਂ ਆਸਾਨੀ ਨਾਲ ਹੱਲ ਕਰ ਸਕਦੇ ਹੋ ਅਗੇ 32 ਵਿਦਿਆਰਥੀ ਵਿੱਚੋਂ ਜਮਾਤ ਵਿੱਚ 8 ਗੈਰ ਹਾਜ਼ਰ ਹਨ ਹਨ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਗੈਰ ਹਾਜ਼ਰ ਹਨ ਪਤਾ ਕਰਨਾ ਕੁੱਲ ਵਿਦਿਆਰਥੀ ਆਪ ਨੂੰ ਦਿੱਤੇ ਗਏ ਹਨ 32 ਤੇ ਗੈਰ ਹਾਜ਼ਰ ਨੇ ਕੁੱਲ 8 ਗੈਰ ਹਾਜ਼ਰ ਪ੍ਰਤੀਸ਼ਤ ਪਤਾ ਕਰਨੀ ਹੈ ਤਾਂ ਤੁਸੀਂ ਲਿਖੋਗੇ 8 32 100 ਅੱਗੇ ਲਿਖੋਗੇ 25 ਅਨਸਰ ਕਿਉਂਕਿ ਆਪਾਂ ਜੇ 32 ਨੂੰ 8 ਦੇ ਕੱਟਾਂਗੇ ਮਤਲਬ 8 4 8 16 ਆ ਚੁੱਕਾ 32 8 ਸੋਕ 32 ਆਪਾਂ 8 ਨੂੰ ਕੱਟ ਦੇਵਾਂਗੇ ਚਾਹ ਆਪਕੋ 4 ਆ ਜਾਊਗਾ ਮਤਲਬ 4 ਨੂੰ ਆਪਾਂ ਮਤਲਬ ਉਹ ਭਾਗ ਸੀ ਇਸ ਦਾ ਕਿਹੜਾ ਭਾਗ ਕਰਕੇ ਬਰਾਬਰ 25 ਆ ਜਾਊਗਾ ਅਗਰ ਹੈ ਪਰਮਾ ਬਿੰਜਕ 12x2y+7x2 ਦੇ ਪਦ ਅਤੇ ਉਹਨਾਂ ਦੇ ਗੁਣਖੰਦਾਂ ਨੂੰ ਪਛਾਣ ਕੇ ਅਤੇ ਦਰਖਤ ਦੇ ਉੱਤੇ ਚਿੱਤਰ ਦੁਆਰਾ ਵੀ ਦੱਸੋ ਇਹ ਪਹਿਲੇ ਤੁਸੀਂ ਬਿੰਜਕ ਲਿਖੋਗੇ ਫਿਰ ਉਹਨਾਂ ਖੋਲ ਕੇ ਲਿਖੋਗੇ ਮਤਲਬ 12 12x22 ਲਿਖੋਗੇ ਫਿਰ 7x2 ਲਿਖੋਗੇ ਦੋ ਪਦ ਬਣਾ ਦੋਗੇ ਫਿਰ ਫਿਰ ਨੂੰ ਆਪਾਂ ਸ਼ੀ ਬ੍ਰਿੰਚ ਬਣਾ ਦਾਂਗੇ ਆਪਾਂ ਪਹਿਲਾ 12 12 ਕ ਪਦ ਬਣਾ ਦਾਂਗੇ ਫਿਰ 100 ਪਿੱਕਾ ਪਦ ਬਣਾ ਦਾਂਗੇ ਫਿਰ 22 ਫਿਰ 7x22 ਚ ਆਪਾਂ ਇੱਕ 7x1 ਪਦ ਬਣਾ ਦਵਾਂਗੇ ਫਿਰ ਆਪਾਂ ਇੱਕ x ਬਣਾ ਦਵਾਂਗੇ ਤੇ ਇੱਕ ਫਿਰ x ਕਿਉਂਕਿ ਐਕਚੁਅਲੀ ਦੋ ਸੀ ਇਸਪਰ ਗਏ ਇਸੇ ਗੁਣਰਖੰਡ ਆ ਜਾਣਗੇ ਅਗੇ 13ਵਾਂ ਪਰਿਮੇਯ ਸੰਖਿਆ ਨੂੰ ਵਾਧੇ ਕ੍ਰਮ ਵਿੱਚ ਲਿਖੋ ਇਹ ਆਪਾਂ ਤਿੰਨ ਸੰਖਿਆ ਦਿੱਤੇ ਗਏ ਇਹਨਾਂ ਨੂੰ ਤੁਸੀਂ ਵਾਧੇ ਕ੍ਰਮ ਵਿੱਚ ਲਿਖਣਾ ਕੁਝ ਵਿਦਿਆਰਥੀ ਕਮੈਂਟ ਕਰਨਗੇ ਕਿ ਸਰ ਇੱਕ ਛੋਟਾ ਹੁੰਦਾ ਪਰ ਪੰਜ ਵੱਡਾ ਹੁੰਦਾ ਪਰ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਜੋ ਇਹ ਸੰਖਿਆ ਮਾਈਨਸ ਦੇ ਵਿੱਚ ਆ ਮਾਈਨਸ ਵਿੱਚ ਜੋ ਮਾਈਨਸ 1ਾ ਉਹ ਮਾਈਨਸ 5 ਨਾਲ ਵੱਡਾ ਹੁੰਦਾ ਇਸਕਾ ਕਿਹ ਪੇ ਲਿਖਾਂਗੇ ਪਹਿਲ ਵੱਡੀ ਸੰਖਿਆ ਕਿ ਮਾਈਨਸ ਦੇ ਵਿੱਚ ਪੰਜ ਫਿਰ ਤੁਸੀਂ ਪਹਿਲਾਂ ਤੁਸੀਂ ਲਿਖੋ ਮਾਈਨਸ 5 ਬਤਾ 6 ਫਿਰ ਤੁਸੀਂ ਮਾਈਨਸ 4 ਬਤਾ 6 ਫਿਰ ਮਾਈਨਸ 3 ਬਤਾ 6 ਤੇ ਮਾਈਨਸ 1 ਬਤਾ 6 ਇਸ ਪ੍ਰਕਾਰ ਤੁਸੀਂ ਹੱਲ ਕਰ ਲਵੋਗੇ ਅਗਿਆ ਭਾਗ ਸਸਾ ਹੇਠ ਦਿੱਤੇ ਅੰਕੜਿਆਂ ਦਾ ਮੱਧਮਨ ਬਹੁਲਕ ਅਤੇ ਮੱਧਿਕਾ ਪਤਾ ਕਰੋ ਆਪਣੇ ਕੋ ਅੰਕੜੇ ਹੈਗੇ ਨੇ 13 16 12 14 19 12 14 13 14 17 ਇਹ ਫਿਰ ਤੁਸੀਂ ਪਹਿਲੇ ਤੁਸੀਂ ਲਿਖੋਗੇ ਅੰਕੜੇ ਅੰਕਰੇਜੋ ਦਿੱਤੇ ਆਪ ਨੂੰ ਉਹ ਲਿਖ ਦਿਓ ਫਿਰ ਅੰਕੜੇ ਦੀ ਗਿਣਤੀ ਲਿਖਣੀ ਹੈ ਫਿਰ 10 ਫਿਰ ਆਪਾਂ ਪਹਿਲਾਂ ਆਪਾਂ ਇਹਦਾ ਮੱਧਮਾਰ ਪਤਾ ਕਰਾਂਗੇ ਤੁਸੀਂ ਇੱਕ ਅੰਕੜੇ ਦਾ ਜੋੜ ਪਤਾ ਕਰ ਲਓ ਤੇ ਫਿਰ ਗਿਣਤੀ ਅੰਕੜੇ ਦਾ ਜੋੜ ਆਪਾਂ ਕੋ 144 ਆ ਤੇ ਆਪਾਂ ਕੋ ਗਿਣਤੀ ਦੱਸ ਸਕਦਾ ਆਪ ਇਹਨੂੰ ਮਤਲਬ ਬ੍ਰੈਕਟ ਮਤਲਬ ਕਰ ਦੇਵਾਂਗੇ ਪਾ ਗਏ ਨੰਨ ਨੂੰ ਕੱਟ ਦਵਾਂਗੇ ਤਾਂ ਆਪਾਂ ਨੂੰ 44 ਪਹੁੰਚ ਚਾਲ ਆਜੂਗਾ ਫਿਰ ਅੰਕੜਿਆਂ ਨੂੰ ਵਾਧੇ ਕ੍ਰਮ ਵਿੱਚ ਲਿਖੋਗੇ ਫਿਰ ਇਹਦੇ ਮਤਲਬ ਵਾਧੇ ਕ੍ਰਮ ਵਿੱਚ ਆਪਾਂ ਲਿਖ ਦਾਂਗੇ ਮਤਲਬ ਇਹਦਾ ਬਹੁਲਕ ਆਜੂ 14 14 ਬਹੁਲਕ ਆਜੂ ਫਿਰ ਆਪਾਂ ਇਹਦੇ ਮੱਧਿਕਾ ਪਤਾ ਕਰਨੀ ਸੀ 14 14 ਦੇ 2 ਲਿਖ ਕੇ ਬਰਾਬਰ 28 ਆਜੂਗਾ 28 2 ਲਿਖ ਕੇ ਇਹੋ ਕੱਟ ਕੇ 14 ਮੱਧਿਕਾ ਵੀ ਇਹਦੀ 14 ਆ ਜਾਵੇਗੀ ਅੱਗੇ ਅਗੇ ਸਮੀਕਰਨ ਦਾ 15ਵਾਂ ਕੁਐਸਚਨ ਹੈ ਸ਼ੁਰੂ ਹੁੰਦਾ ਸਮੀਕਰਨ 2 ਬ੍ਰੈਕਟ ਦੇ ਤਿੰਨ ਐਕਸ ਮਾਈਨਸ ਇੱਕ ਬ੍ਰੈਕਟ ਦੇ ਅਗੇ ਮਾਈਨਸ 10 ਨੂੰ ਹੱਲ ਕਰੋ ਪਹਿਲੇ ਤੁਸੀਂ ਲਿਖੋਗੇ xi ਦਾ ਮਤਲਬ ਦੋ ਜੋ ਸੰਖਿਆ ਦਿੱਤੀ ਸੀ ਉਹਨੂੰ ਪਹਿਲਾਂ ਤਿੰਨ ਨਾਲ ਗੁਣਾ ਕਰ ਦੋਗੇ ਫਿਰ ਇੱਕ ਨਾਲ ਗੁਣਾ ਕਰ ਦੋਗੇ 2 3 6 ਤੇ 2 1 2 ਮਾਈਨਸ xi ਮਾਈਨਸ 2 ਬਰਾਬਰ 10 ਆ ਜੂਗਾ ਸੰਖਿਆ ਹੱਲ ਕਰਕੇ ਅਗੇ 6x 10 ਦੇ ਦੋ ਕਿਉਂਕਿ ਇਧਰ ਐਕਸ ਦਾ ਮਤਲਬ ਦੋ ਜੋੜ ਰਹੀ ਸਕਦਾ ਇਸਕਾ ਕੈਪਨੋ ਇਧਰ ਮਾਈਨਸ 2 ਉਧਰ ਜਾ ਕੇ ਪਲੱਸ ਹੋ ਜੂਗਾ ਅਗੇ 12 ਜੋ 6 12 ਕੀ ਅਗੇ ਜੇ xi ਸਿੱਧਾ ਗੁਣਾ ਚ ਸੀ ਉਦੋਂ ਆਪਾਂ ਪਾਪਰ ਚਿਕਲ ਦੇਵੋਗੇ ਤੇ x 12 ਬਤਾ ਸੀ ਲਿਖ ਕੇ ਇਹਨੂੰ ਕੱਟ ਕੇ ਦੋ ਹੀ ਅਨਸਰ ਆ ਜੂਗਾ ਅਗੇ ਜਿਵੇਂ ਸੋਰਮਾ ਕੁਐਸਚਨ ਸੀ ਆਇ ਤੇਰਾ ਖੇਤਰਫਲ 580 ਸੈਂਟੀਮੀਟਰ ਦੇ ਦੋ ਹੈ ਇਸੀ ਲੰਬਾਈ 29 ਸੈਂਟੀਮੀਟਰ ਹੈ ਇਸੀ ਚੌੜਾਈ ਅਤੇ ਪ੍ਰਿਮਾਪਤਕ ਕਰੋ ਆਪਾਂ ਨੂੰ ਖੇਤਰਫਲ ਦਿੱਤਾ ਗਿਆ ਲੰਬਾਈ ਦਿੱਤੀ ਗਈ ਹੈ ਚੌੜਾਈ ਆਪਾਂ ਪਤਾ ਕਰਨੀ ਅਤੇ ਪ੍ਰਿਮਾ ਵੀ ਪਤਾ ਕਰਨਾ ਪਹਿਲੇ ਚੌੜਾਈ ਪਤਾ ਕਰਨ ਦਾ ਫਾਰਮੂਲਾ ਲਿਖੂਗਾ ਖੇਤਰਫਲ ਬਤਾ ਲੰਬਾਈ ਲਿਖ ਕੇ ਖੇਤਰਫਲ ਆਪਰੇ ਕੋ 580 ਹੈ ਤੇ ਲੰਬਾਈ ਆਪਰੇ ਕੋ 29 ਆ ਤਾਂ ਆਪਾਂ ਇਹਨੂੰ ਕੱਟ ਦੇਵਾਂਗੇ ਤਾਂ ਆਪਨੇ ਕੋ ਪ੍ਰਾਪਤ ਹੋਊਗਾ b ਪ੍ਰਾਪਤ ਹੋਊਗਾ ਫਿਰ ਆਪਾਂ ਲਿਖਾਂਗੇ ਪ੍ਰਿਮਾਪ ਪ੍ਰਿਮਾਪ ਪਤਾ ਕਰਨਾ ਪ੍ਰਿਮਾਪ ਦਾ ਫਾਰਮੂਲਾ ਹੁੰਦਾ 2 ਲੰਬਾਈ ਚੌੜਾਈ ਅੱਪਰ ਲਿਖਾਂਗੇ 2 ਅਗੇ ਜੋ ਆਪੇ ਕੋ ਲੰਬਾਈ ਸੋ 26 ਤੇ ਚੌੜਾਈ ਆਪਣੇ ਕੋ 2 ਆ ਆਪਾਂ ਇਹਨਾਂ ਦੋਨਾਂ ਨੂੰ ਜੋੜ ਦੇਵਾਂਗੇ ਆਪ ਕੋ 49 ਪ੍ਰਾਪਤ ਹੋ ਜਾਊਗਾ ਫਿਰ ਆਪਾਂ 49 ਨੂੰ ਦੋਨਾਂ ਗੁਣਾ ਕਰ ਦਾਂਗੇ ਫਿਰ ਥਾਂਨੇ ਸਤਵੀਂ ਮੇ ਤੇਦਾ ਪਰਿਮਾਪ ਆ ਜਾਵੇਗਾ ਇਸੇ ਸਤਵੀਂ ਜਮਾਤ ਦਾ ਪੜਾਣਾ ਮੈਥ ਵਿਸ਼ੇ ਦਾ ਪੇਪਰ ਜੋ ਆਪਾਂ ਤੁਹਾਨੂੰ ਪੂਲੀ ਸੋਲਵ ਕਰਵਾ ਦਿੱਤਾ ਹੈ ਇੱਕ ਹੋਰ ਆਪਾਂ ਮੈਥ ਦਾ ਪੇਪਰ ਅਪਲੋਡ ਕਰਾਂਗੇ ਜੋ ਸ਼ਾਮ ਦੇ 5 ਵਜੇ ਅਪਲੋਡ ਹੋ ਜਾਵੇਗਾ ਉਦੋਂ ਤੁਸੀਂ ਆ ਕੇ ਬਤਾ ਜੋ ਪੇਪਰ ਹੋ ਉਹ ਵੀ ਦੇਖ ਸਕਦੇ ਹੋ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਚ ਤੇ ਆਪੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਕਿਉਂਕਿ ਪੇਪਰ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਕਿਉਂਕਿ ਕੱਲਾ ਕੱਲਾ ਕੁਐਸਚਨ ਸੋਲਵ ਕਰਨਾ ਪੈਂਦਾ ਤੇ ਆਪਣੇ ਜੋ 30000 ਸਬਸਕਰ ਕੰਪਲੀਟ ਹੋਣ ਵਾਲੇ ਹਨ ਤੁਸੀਂ ਆਪ ਨੂੰ ਸਬਸਕ੍ਰਾਈਬ ਕਰਕੇ 30000 ਸਬਸਕ੍ਰਾਈਬ ਕੰਪਲੀਟ ਕਰਵਾ ਸਕਦੇ ਹੋ ਓਕੇ ਦੋਸਤੋ